ਹੈਲੋ ਫਰੈਂਡ, ਹੈਲੋ ਗਾਇਸ, ਵੈਲਕਮ ਟੂ ਖਾਣ ਮੋਟਰ ਮੋਗਾ। ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ, ਸਲਾਮ ਅਤੇ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਸੀਂ ਸਾਰੇ ਜਾਣੇ ਜਾਣਦੇ ਹੋ ਕਿ ਆਪਾਂ ਔਨਲਾਈਨ ਔਡਰ ਬੇਸਿਸ 'ਤੇ ਗੱਡੀਆਂ ਦਾ ਕੰਮ ਕਰਦੇ ਹਾਂ, ਅਤੇ ਔਡਰ ਬੇਸਿਸ 'ਤੇ ਗੱਡੀਆਂ ਤਿਆਰ ਕਰਕੇ ਆਪਾਂ ਡਿਲੀਵਰ ਕਰਦੇ ਹਾਂ। ਅਤੇ ਇਹ ਗੱਡੀ ਦਾ ਵੀ ਆਪਾਂ ਨੂੰ ਔਡਰ ਹੋਇਆ ਸੀ ਪਟਿਆਲੇ ਤੋਂ, ਜੋ ਕਿ ਟੋਟਲ ਗੱਡੀ ਦਾ ਕੰਮ ਕੰਪਲੀਟ ਹੋ ਚੁੱਕਿਆ। ਅਤੇ ਕਿਸ ਵੀਰ ਨੇ ਖਰੀਦਿਆ, ਤੁਹਾਨੂੰ ਸਾਰਾ ਵੀਡੀਓ ਨੈਂਡ ਤੱਕ ਜ਼ਰੂਰ ਦੇਖੋ। ਤੁਹਾਨੂੰ ਸਾਰੀ ਆਪਾਂ ਡਿਟੇਲ ਕਲੀਅਰ ਕਰਦੇ ਹਾਂ ਕਿ ਕਿੱਦਾਂ ਕਿੱਦਾਂ ਆਪਾਂ ਗੱਡੀ ਤਿਆਰ ਕੀਤੀ, ਕਿੱਦਾਂ ਤੁਹਾਨੂੰ ਮਾਡਲ ਲੱਗਿਆ, ਅਤੇ ਨਾਲ ਇਹਦੇ ਟਰੋਲੀ ਵੀ ਆਪਾਂ ਤਿਆਰ ਕੀਤੀ ਹੋਈ ਹੈ, ਅਤੇ ਉਹ ਪ੍ਰਾਈਜ਼ ਰੇਂਜ ਆ ਇਹਦੀ, ਉਹ ਵੀ ਆਪਾਂ ਕਲੀਅਰ ਕਰ ਦਾਂਗੇ ਵੀਡੀਓ ਨੂੰ। ਐਂਡ ਤੱਕ ਜ਼ਰੂਰ ਦੇਖਿਓ, ਜੋ ਆਪਾਂ ਇੰਜਨ ਇਹ ਚਲਾਇਆ ਹੋਇਆ, ਗੇਅਰ ਬੋਕਸ ਲੱਗਿਆ ਹੋਇਆ, ਕਿੱਦਾਂ ਕਿੱਦਾਂ ਆਪਾਂ ਤਿਆਰ ਕੀਤੀ ਆ, ਬੋਡੀ ਕਿਸ ਗਈ ਦੀ ਆ, ਉਹ ਸਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਾਂਗੇ, ਅਤੇ ਤੁਸੀਂ ਹੁਣ ਆਪਾਂ ਸਟਾਰਟ ਕਰਦੇ ਹਾਂ। ਅਤੇ ਬਾਕੀ ਇਹਨਾਂ ਗੱਡੀਆਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਲੋਨ ਜਾਂ ਫਾਈਨੈਂਸ ਫੈਸੀਬਿਲਟੀ ਉਪਲਬਧ ਨਹੀਂ, ਓਨਲੀ ਕੈਸ਼ ਪੇਮੈਂਟ। ਅਤੇ ਜੇ ਤੁਸੀਂ ਬੁਕਿੰਗ ਕਰਨਾ ਚਾਹੁੰਦੇ ਹੋ, 50,000 ਪਹਿਲਾਂ ਬੁਕਿੰਗ ਅਮਾਊਂਟ ਆ, ਅਤੇ ਉਸ ਤੋਂ ਬਾਅਦ ਇਹਨੂੰ 1.5 ਤੋਂ 2 ਮਹੀਨਿਆਂ ਦਾ ਟਾਈਮ ਲੱਗਦਾ ਗੱਡੀ ਰੈਡੀ ਹੋਣ ਦੇ ਲਈ। ਅਤੇ ਤੁਸੀਂ ਮੇਰੇ ਨੰਬਰ 'ਤੇ ਕਨੈਕਟ ਕਰ ਸਕਦੇ ਹੋ, 9914877691। ਤੁਸੀਂ ਕਾਲ ਵੀ ਕਰ ਸਕਦੇ ਹੋ ਅਤੇ ਵਟਸਐਪ ਵੀ ਕਰ ਸਕਦੇ ਹੋ। ਕਈ ਵਾਰ ਜ਼ਿਆਦਾ ਬਿਜ਼ੀ ਹੋਣ ਦੇ ਕਾਰਨ ਕਾਲ ਆਪਾਂ ਰਿਸੀਵ ਨਹੀਂ ਕਰ ਪਾਉਂਦੇ, ਤਾਂ ਤੁਸੀਂ ਵਟਸਐਪ ਕਰ ਸਕਦੇ ਹੋ, ਤੁਹਾਨੂੰ ਹਰ ਚੀਜ਼ ਦੀ ਇਨਫੋਰਮੇਸ਼ਨ ਮਿਲ ਜੂਗੀ। ਜੋ ਵੀ ਤੁਹਾਡੀ ਰਿਕੁਆਇਰਮੈਂਟ ਹੋਈ ਉਹ ਤੁਸੀਂ ਵਟਸਐਪ ਕਰ ਦਿਓ। ਅਤੇ ਬਾਕੀ ਇਹ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਵੀ ਕਿੱਦਾਂ ਕਿੱਦਾਂ ਆਪਾਂ ਰੈਡੀ ਕੀਤੀ ਆ। ਲਓ ਜੀ, ਇਹ ਗੱਡੀ ਦਾ ਆਪਾਂ ਨੂੰ ਔਡਰ ਹੋਇਆ ਸੀ ਔਨਲਾਈਨ, ਅਤੇ ਜੈਕਰਨ ਸਿੰਘ ਵੀਰ ਨੇ ਔਡਰ ਕੀਤਾ ਸੀਗਾ। ਇਸ ਗੱਡੀ ਦਾ ਟੋਟਲੀ ਵਰਕ ਇਹਦਾ ਕੰਪਲੀਟ ਆ, ਅਤੇ ਬਾਕੀ ਇਹਦਾ ਰਿਵਿਊ ਵਗੈਰਾ ਤੁਸੀਂ ਕਸਟਮਰ ਦਾ ਚੈੱਕ ਕਰ ਸਕਦੇ ਹੋ ਆਪਣੇ ਇੰਸਟਾਗ੍ਰਾਮ ਦੇ ਉੱਪਰ, ਅਤੇ ਰੀਲਸ ਵਗੈਰਾ ਤੁਸੀਂ ਮੇਰੇ ਇੰਸਟਾਗ੍ਰਾਮ ਦੇ ਉੱਪਰ ਚੈੱਕ ਕਰ ਸਕਦੇ ਹੋ, ਅਤੇ ਬਾਕੀ ਸ਼ੋਰਟ ਵੀਡੀਓ ਵਗੈਰਾ ਵੀ ਆਪਣੇ ਯੂਟਿਊਬ ਦੇ ਉੱਪਰ ਹੁੰਦੀਆਂ, ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਕਿ ਇਹਦੇ 'ਚ ਆਪਾਂ ਕੀ ਲਾਇਆ ਹੋਇਆ। ਸਭ ਤੋਂ ਪਹਿਲਾਂ ਤਾਂ ਇਹ ਮਾਡਲ ਕਾਫੀ ਜ਼ਿਆਦਾ ਟ੍ਰੈਂਡਿੰਗ, ਜਾਂ ਤੁਸੀਂ ਦੇਖ ਸਕਦੇ ਹੋ, ਸੀਜੇ ਜੀਪ ਇਹਨੂੰ ਆਪਾਂ ਕਹਿ ਦਿੰਦੇ ਹਾਂ। ਮਹਿੰਦਰਾ DA ਟਰਬੋ ਇੰਜਨ ਦੇ ਨਾਲ ਇਹ ਗੱਡੀ ਰੈਡੀ ਕੀਤੀ ਹੋਈ ਆ, ਟੋਟਲ ਨਵੀਂ ਬੋਡੀ ਦੇ ਨਾਲ, 16 ਗੇਜ ਦੀ ਸ਼ੀਟ ਦੇ ਨਾਲ ਟੋਟਲੀ ਸਾਰਾ ਕੰਮ ਹੋਇਆ। ਅਤੇ ਫਿਰ ਆਪਾਂ ਤੁਹਾਨੂੰ ਟਰਾਲੀ ਦੀ, ਇਹਦਾ ਇੰਟੀਰੀਅਰ ਵਗੈਰਾ ਸਾਰਾ ਦੱਸਦੇ ਹਾਂ, ਠੀਕ ਹੈ, ਕਿਸ ਗੇਜ ਦੇ ਵਿੱਚ ਸਾਰੀਆਂ ਗੱਡੀਆਂ ਰੈਡੀ ਹੁੰਦੀਆਂ। ਅਤੇ ਗੱਲ ਕਰਦੇ ਹਾਂ ਆਪਾਂ ਟਾਇਰ ਤੋਂ, ਟਾਇਰ ਤੁਸੀਂ ਦੇਖ ਸਕਦੇ ਹੋ, ਇਹਨੂੰ ਆਪਾਂ MRF ਦਾ ਓਰੀਜਨਲ ਟਾਇਰ ਫਿਟਿੰਗ ਕੀਤਾ ਹੋਇਆ, ਰਿਮ ਵਗੈਰਾ ਬਿਲਕੁਲ ਨਿਊ ਇਹਨੂੰ ਲੱਗਦੇ ਆ, ਮੋਰੀਆਂ ਵਾਲੇ ਰਿਮ ਆਪਾਂ ਕਹਿ ਦਿੰਦੇ ਹਾਂ। ਟੋਟਲੀ ਸਾਰਾ ਕੰਮ ਫੁੱਲ ਨਵੇਂ ਸਿਰੇ ਤੋਂ ਹੋਇਆ, ਫੁੱਲ ਫਿਨਿਸ਼ਿੰਗ ਦੇ ਨਾਲ ਸਾਰਾ ਤੁਸੀਂ ਵਰਕ ਦੇਖ ਸਕਦੇ ਹੋ ਟੋਟਲੀ। ਅਤੇ ਬਾਕੀ ਜੇ ਤੁਸੀਂ ਵੀ ਇਸ ਗੱਡੀ ਦੇ ਲਈ ਔਡਰ ਕਰਨਾ, ਆਪਣੇ ਨੰਬਰ 'ਤੇ ਤੁਸੀਂ ਕਨੈਕਟ ਕਰ ਸਕਦੇ ਹੋ, 9914877691। ਅਤੇ ਬਾਕੀ ਸਾਰਾ ਸਸਪੈਂਸ਼ਨ ਵਰਕ ਟੋਟਲੀ ਨਵੇਂ ਸਿਰੇ ਤੋਂ ਹੋਇਆ, ਗੱਡੀ ਦਾ ਟੋਟਲ ਸਾਰਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ, ਸਾਰਾ ਕੰਮ ਟੋਟਲ ਦੇਖ ਸਕਦੇ ਤੁਸੀਂ, ਫਿਨਿਸ਼ਿੰਗ ਵਰਕ। ਫਰੰਟ ਤੋਂ ਆਪਾਂ ਗੱਲ ਕਰੀਏ ਤਾਂ ਇਹਦੀ ਗ੍ਰਿਲ ਵਗੈਰਾ CJ ਮਾਡਲ ਤੁਸੀਂ ਦੇਖਦੇ ਹੋ, ਫੁੱਲ ਸਿੰਪਲ ਜੀ ਲੁੱਕ ਆ, ਅਤੇ ਕਾਫੀ ਯਾਨੀ ਕਿ ਵਧੀਆ ਲੱਗਦਾ ਇਹ। 16 ਗੇਜ ਬੋਡੀ ਸ਼ੀਟ ਦੇ ਨਾਲ ਟੋਟਲੀ ਸਾਰਾ ਕੰਮ ਹੋਇਆ। ਬੰਪਰ ਵਗੈਰਾ ਸਿੰਪਲ ਹੈ, ਬੰਪਰ ਆਪਾਂ ਦੇਖ ਸਕਦੇ, ਵਿਲੀਜ਼ ਵਗੈਰਾ ਨੂੰ ਜੋ ਬੰਪਰ ਲੱਗਦਾ, ਓਰੀਜਨਲ ਬੰਪਰ ਲੱਗਾ ਹੋਇਆ, ਬੰਪਰ ਕੁੰਡੇ ਵਗੈਰਾ ਫਿਟਿੰਗ ਕੀਤੇ ਹੋਇਆ, ਪਾਵਰ ਸਟੇਅਰਿੰਗ ਦੇ ਨਾਲ ਗੱਡੀ ਰੈਡੀ ਕੀਤੀ ਹੋਈ ਆ। LED ਲਾਈਟਸ ਵਗੈਰਾ, ਰੂਟਸ ਹੋਰਨ ਵਗੈਰਾ ਫਿਟਿੰਗ ਨੇ, ਅਤੇ ਪੇਂਟ ਦੀ ਫਿਨਿਸ਼ਿੰਗ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ, 2K ਫਿਨਿਸ਼ਿੰਗ ਪੇਂਟ ਕੁਆਲਿਟੀ ਦੇ ਨਾਲ ਸਾਰਾ ਕੰਮ ਕੀਤਾ ਹੋਇਆ। ਫਰੇਮ ਵਗੈਰਾ ਇਹਨੂੰ ਜੀਪ ਵਾਲਾ ਫਿਟਿੰਗ ਕੀਤਾ ਹੋਇਆ, ਵਾਈਪਰ ਮੋਟਰ ਵਗੈਰਾ ਲੱਗੀਆਂ ਹੋਈਆਂ, ਮਿਰਰ ਵਗੈਰਾ ਇਹਨੂੰ ਆਪਾਂ ਵਿਲੀਜ਼ ਵਾਲੇ ਫਿੱਟ ਕੀਤੇ ਹੋਏ ਨੇ। ਟੋਟਲੀ ਜਿਹੜਾ ਇਹਨੂੰ ਹੁੱਡ ਲੱਗਾ ਓਪਨੇਬਲ ਆ, ਸਾਰਾ ਤੁਸੀਂ ਓਪਨ ਵੀ ਕਰ ਸਕਦੇ ਹੋ, ਇਹ ਸਾਰਾ ਦੇਖ ਸਕਦੇ ਹੋ ਤੁਸੀਂ। ਬਾਕੀ ਇਹ ਸਾਰੀ ਸ਼ੀਟ ਵਗੈਰਾ ਲੱਗੀ ਹੋਈ ਹੈ ਅੰਦਰ, ਸਟੇਅਰਿੰਗ ਵਗੈਰਾ ਇਹਦੇ 'ਚ ਆਪਾਂ ਓਰੀਜਨਲ ਵਿਲੀ ਵਾਲਾ ਲਾਇਆ ਹੋਇਆ, ਸਟਾਰਟਿੰਗ ਸਵਿੱਚ ਵਗੈਰਾ ਓਰੀਜਨਲ ਵਿਲੀਜ ਦੀ, ਅਤੇ ਬਾਕੀ ਕੱਪ ਹੋਲਡਰ ਵਗੈਰਾ ਲੱਗੇ ਹੋਏ ਨੇ, ਮੈਟਿੰਗ ਵਗੈਰਾ ਸਾਰੀ ਕੀਤੀ ਹੋਈ ਆ। ਅਤੇ ਇਹਦੇ 'ਚ ਆਪਾਂ ਟੋਟਲੀ ਗੱਡੀ ਸਾਰੀ ਡੰਪਿੰਗ ਕੀਤੀ ਹੋਈ ਆ, ਉਹ ਵੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ, ਸਾਰੀ ਗੱਡੀ ਡੰਪਿੰਗ ਆ। ਕੱਪ ਹੋਲਡਰ ਵਗੈਰਾ 5+1 ਗੇਅਰ ਬੋਕਸ ਦੇ ਨਾਲ, ਬਾਕੀ ਇੰਜਨ ਦਾ ਵਿਊ ਵੀ ਆਪਾਂ ਦਿਖਾਉਣੇ ਆ, ਸੀਟਾਂ ਵਗੈਰਾ ਓਰੀਜਨਲ ਇਹਨਾਂ ਲੱਗੀਆਂ ਹੋਈਆਂ ਨੇ ਵਿਲੀਜ ਵਾਲੀਆਂ, ਬੈਕ ਸੀਟ ਤੁਸੀਂ ਦੇਖ ਸਕਦੇ ਹੋ। ਬਾਕੀ ਜੇ ਤੁਸੀਂ ਵੂਫਰ ਵਗੈਰਾ ਫਿੱਟ ਕਰਨਾ ਚਾਹੁੰਦੇ ਹੋ ਤਾਂ ਸਾਰੀ ਪਿੱਛੇ ਫਿਟਿੰਗ ਹੋ ਜਾਂਦਾ, ਉਹਦੇ ਉੱਪਰ ਸੀਟ ਵਗੈਰਾ
ਫਿੱਟ ਹੋ ਜਾਂਦੀ ਆ ਅਤੇ ਹੁੱਡ ਵਗੈਰਾ ਸਾਰਾ ਇਹਦਾ ਰਿਮੂਵੇਬਲ ਆ, ਤੁਸੀਂ ਲਾ ਵੀ ਸਕਦੇ ਹੋ, ਲਗਾ ਵੀ ਸਕਦੇ ਹੋ। ਅਤੇ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਮਾਡਲ ਕਿੱਦਾਂ ਦਾ ਲੱਗਿਆ। ਜੋ ਇਹਦੀ ਪ੍ਰਾਈਜ਼ ਰੇਂਜ ਆ 4,85,000 ਤੋਂ ਸਟਾਰਟਿੰਗ ਹੋ ਕੇ ਗੱਡੀਆਂ ਪਲੱਸ ਹੋ ਜਾਂਦੀਆਂ, ਉਹ ਤੁਹਾਡੀ ਕੰਡੀਸ਼ਨ ਦੇ ਉੱਪਰ ਵੀ ਕੀ ਚੀਜ਼ਾਂ ਪਏ ਚਲਾਉਣੇ ਆ। ਅਤੇ ਬਾਕੀ ਤੁਹਾਨੂੰ ਇੰਜਨ ਦਾ ਵਿਊ ਵੀ ਦਿਖਾਉਣੇ ਆ, ਨਿਊ ਬੈਟਰੀ ਨਿਊ ਰੇਡੀਏਟਰ ਦੇ ਨਾਲ ਇਹ ਸਾਰਾ ਇਹਦਾ ਵਰਕ ਕੀਤਾ ਹੋਇਆ। ਫਿਰ ਆਪਾਂ ਤੁਹਾਨੂੰ ਇਹਦਾ ਬੈਕ ਦਾ ਵਿਊ ਦਿਖਾਉਣੇ ਆ। ਇਹ ਦੇਖ ਸਕਦੇ ਤੁਸੀਂ ਸਾਰਾ ਇਹ 'ਚ ਡੰਪਿੰਗ ਕੀਤੀ ਹੋਈ ਆਪਾਂ ਟੋਟਲੀ, ਅਤੇ ਨਿਊ ਬੈਟਰੀ ਨਿਊ ਰੇਡੀਏਟਰ ਨਿਊ ਬ੍ਰੇਕ ਬੂਸਟਰ ਕਲੱਚ ਬੂਸਟਰ ਦੇ ਨਾਲ ਸਾਰਾ ਕੰਮ ਹੋਇਆ ਵਾ। ਮਹਿੰਦਰਾ ਡੀ ਟਰਬੋ ਇੰਜਨ ਦੇ ਨਾਲ ਸਾਰਾ ਵਰਕ ਹੋਇਆ ਵਾ। ਇਹਦੇ ਬੋਨਟ ਲੋਕ ਹੁੰਦੇ, ਬਾਕੀ ਟੋਟਲੀ ਕੋਈ ਫਾਲਤੂ ਅਸੈਸਰੀ ਇਹਦੇ ਉੱਪਰ ਆਪਾਂ ਨਹੀਂ ਲਾਏਗੀ। ਸਾਰਾ ਸਿੰਪਲ ਸੋਬਰ ਜੀ ਜਿੱਦਾਂ ਕਸਟਮਰ ਦੀ ਡਿਮਾਂਡ ਹੁੰਦੀ ਹੈ ਉਸੇ ਤਰੀਕੇ ਨਾਲ ਆਪਾਂ ਗੱਡੀ ਰੈਡੀ ਕਰਦੇ ਹਾਂ। ਜੇ ਤੁਸੀਂ ਇਹਦੇ 'ਚ ਫੁੱਲ ਮੋਡੀਫਾਈ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਚੀਜ਼ ਹੋ ਜਾਵੇਗੀ। ਬਾਕੀ ਤੁਹਾਡੀ ਚੋਇਸ ਆ ਕਿ ਤੁਹਾਨੂੰ ਇਹ ਮਾਡਲ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਬਾਕੀ ਵਾਈਪਰ ਮੋਟਰ ਵਗੈਰਾ ਫਿਟਿੰਗ ਕੀਤੀ ਹੋਈ ਆ ਬੈਕ ਤੋਂ, ਤੁਸੀਂ ਦੇਖ ਸਕਦੇ ਹੋ। ਇਹਨਾਂ ਗੱਡੀਆਂ ਦੇ ਸਾਈਡ 'ਤੇ ਵੀ ਟਾਇਰ ਹੋ ਜਾਂਦਾ, ਕਿਉਂਕਿ ਕਾਫੀ ਤੁਸੀਂ ਪਹਿਲਾਂ ਵਾਲੀਆਂ ਫੋਟੋਆਂ ਦੇਖੀਆਂ ਉਹਨਾਂ ਦੇ ਸਾਈਡ 'ਤੇ ਉੱਧਰ ਟਾਇਰ ਲੱਗਿਆ ਹੋਇਆ, ਉੱਧਰ ਸਾਈਡ 'ਤੇ ਵੀ ਟਾਇਰ ਲੱਗ ਜਾਂਦਾ। ਬਾਕੀ ਬੈਕ ਤੁਸੀਂ ਸਾਰਾ ਦੇਖ ਸਕਦੇ ਹੋ, ਡਾਲਾ ਵਗੈਰਾ ਇਹਦਾ ਨੀਚੇ ਨੂੰ ਵੀ ਖੁੱਲ੍ਹਦਾ ਹੋ ਜਾਂਦਾ, ਇਹ ਪ੍ਰੋਪਰ ਇਹ ਸਾਈਡ ਨੂੰ ਵੀ ਖੁੱਲ੍ਹਦਾ ਹੋ ਜਾਂਦਾ, ਦੋਨੋਂ ਆਪਸ਼ਨ ਹੁੰਦੀਆਂ ਇਹਦੇ 'ਚ। ਠੀਕ ਹੈ ਜੀ, ਜੇ ਤੁਸੀਂ ਸਾਈਡ ਨੂੰ ਖੋਲ੍ਹਣਾ ਚਾਹੋ ਸਾਈਡ ਨੂੰ ਖੁੱਲ੍ਹ ਜਾਂਦਾ, ਜੇ ਨੀਚੇ ਖੋਲ੍ਹਣਾ ਚਾਹੋ ਤਾਂ ਨੀਚੇ ਨੂੰ ਹੋ ਜਾਂਦਾ। ਇਹ ਸਾਰਾ ਤੁਸੀਂ ਦੇਖ ਸਕਦੇ ਹੋ, ਇਹਦੇ 'ਚ ਟਰਾਲੀ ਦਾ ਪਲੱਗ ਸਿਸਟਮ ਵੀ ਲੱਗਿਆ ਹੋਇਆ, ਇਹ ਲੱਗਾ ਹੋਇਆ ਇਹਦੇ ਨਾਲ, ਇਹ ਤੁਸੀਂ ਰਿਮੂਵ ਕਰ ਸਕਦੇ ਹੋ, ਉੱਥੇ ਲੱਗ ਜਾਂਦਾ ਹੈ। ਆਹ ਵੀਰੇ ਲਾ ਕੇ ਦਿਖਾ ਦਿਓ, ਇਹ ਫਿਟਿੰਗ ਵੀ ਹੋ ਜਾਂਦਾ। ਅਤੇ ਬਾਕੀ ਸਾਰਾ ਤੁਸੀਂ ਦੇਖ ਹੀ ਲਿਆ, ਬਾਕੀ ਤੁਸੀਂ ਦੱਸੋ ਤੁਹਾਨੂੰ ਮਾਡਲ ਕਿੱਦਾਂ ਦਾ ਲੱਗਿਆ, ਅਤੇ ਤੁਹਾਨੂੰ ਆਪਾਂ ਉਸ ਸਾਈਡ ਤੋਂ ਵੀ ਰਿਵਿਊ ਦਿਖਾ ਦਿੰਦੇ ਹਾਂ। ਇਹ ਸਾਰਾ ਗੱਡੀ ਦਾ ਸਾਈਡ ਵਿਊ ਅਤੇ ਟਰਾਲੀ ਨਾਲ ਵੀ ਵਿਊ ਦੇਖ ਲਓ ਤੁਸੀਂ, ਫਿਰ ਆਪਾਂ ਟਰਾਲੀ ਦੀ ਵੀ ਗੱਲ ਕਰਦੇ ਹਾਂ। ਇਹ ਟਰਾਲੀ ਆਪਾਂ ਰੈਡੀ ਕੀਤੀ ਹੋਈ ਆ, ਅਤੇ ਬਾਕੀ ਇਹ ਪਲੱਗ ਸਿਸਟਮ ਵਗੈਰਾ ਸਾਰਾ ਬਾਈ ਨੇ ਫਿੱਟ ਕਰਤਾ, ਇਹ ਸਾਰਾ ਤੁਸੀਂ ਦੇਖ ਸਕਦੇ ਹੋ। ਇੱਦਾਂ ਰਿਮੂਵੇਬਲ ਹੁੰਦਾ ਇਹ, ਅਤੇ ਉੱਪਰ ਇਹਦੇ ਪੂਰਾ ਲੱਗਿਆ ਹੁੰਦਾ ਪਾਣੀ ਵਗੈਰਾ ਪੈਣ ਤੋਂ, ਅਤੇ ਇੱਦਾਂ ਤੁਸੀਂ ਫਿੱਟ ਕਰ ਸਕਦੇ ਹੋ ਟਰਾਲੀ ਨਾਲ। ਇਹ ਹੁੱਕ ਲੱਗੀ ਹੋਈ ਆ, ਇਹ ਬਾਲ ਹੁੱਕ ਵੀ ਲੱਗ ਜਾਂਦੀ ਆ, ਇਹ ਓਰੀਜਨਲ ਹੁੱਕ ਮਿਲਟਰੀ ਵਾਲੀ ਜੋ ਆਉਂਦੀ ਆ, ਓਰੀਜਨਲ ਹੁੱਕ ਲੱਗੀ ਹੋਈ। ਠੀਕ ਹੈ, ਟਰੋਲੀ ਵਗੈਰਾ ਤੁਸੀਂ ਪਾ ਸਕਦੇ ਹੋ, ਅਤੇ ਇਹ ਫਸਟ ਏਡ ਬੋਕਸ ਵੀ ਲਾਇਆ ਹੋਇਆ ਆਪਾਂ। ਬਾਕੀ ਟਰੋਲੀ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ, ਇਹ ਓਰੀਜਨਲ ਟਰਾਲੀ ਮਿਲਟਰੀ ਵਾਲੀ ਜਿਹੜੀ ਆਉਂਦੀ ਸੀ, ਸੇਮ ਉਸੇ ਸਾਈਜ਼ 'ਚ ਬਣੀ ਹੋਈ ਆ। ਅਤੇ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ, ਇੱਥੇ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਹੋ, ਖਾਨ ਮੋਟਰ ਮੋਗਾ। ਅਤੇ ਟਰਾਲੀ ਵੀ ਆਪਣੇ ਨਵੇਂ ਟਾਇਰ ਰਿਮਾਂ ਦੇ ਨਾਲ ਰੈਡੀ ਕੀਤੀ ਹੋਈ ਆ, ਟੋਟਲੀ ਬ੍ਰੇਕ ਸਿਸਟਮ ਦੇ ਨਾਲ, ਬ੍ਰੇਕ ਸਿਸਟਮ ਆ ਸਾਰਾ ਟਰਾਲੀ ਦੇ ਨਾਲ ਵੀ ਲੱਗਿਆ ਹੋਇਆ। ਲਾਈਟਸ ਵਗੈਰਾ ਸਾਰੀਆਂ ਚੱਲਦੀਆਂ ਨੇ, ਫੋਰਡ ਦੀਆਂ ਓਰੀਜਨਲ ਲਾਈਟਾਂ ਲਾਈਆਂ ਹੋਈਆਂ ਨੇ ਆਪਾਂ। ਡਾਲਾ ਵਗੈਰਾ ਸਾਰਾ ਤੁਸੀਂ ਦੇਖ ਸਕਦੇ ਹੋ, ਡਾਲੇ ਲੋਕ ਲੱਗਿਆ, ਰਿਮੂਵੇਬਲ ਕਰ ਸਕਦੇ ਹੋ ਤੁਸੀਂ। ਇਹ ਡਾਲਾ ਵਗੈਰਾ ਇੱਦਾਂ ਖੁੱਲ੍ਹ ਜਾਂਦਾ, ਬਾਕੀ ਇਹ ਸਾਰਾ ਤੁਸੀਂ ਦੇਖ ਸਕਦੇ ਹੋ। ਟਰਾਲੀ ਸਾਰੇ ਬੈਕ 'ਤੇ ਡਾਲਾ ਲੋਕ ਵੀ ਹੋ ਜਾਂਦਾ ਇਹਦਾ, ਅਤੇ ਬਾਕੀ ਇਹਨੂੰ ਸੰਗਲ ਵਗੈਰਾ ਲਾਉਣ ਦੀ ਲੋੜ ਨਹੀਂ ਗੀ, ਸਿੱਧੇ ਲੋਕ ਸਿਸਟਮ ਹੀ ਹੁੰਦਾ ਇਹਨਾਂ ਨੂੰ। ਬਾਕੀ ਬੈਕ ਲਾਈਟਾਂ ਵਗੈਰਾ ਸਾਰੀਆਂ ਇਹਦੇ 'ਚ ਫਿੱਟ ਕੀਤੀਆਂ ਹੋਈਆਂ ਨੇ। ਅਤੇ ਬਾਕੀ ਟਰਾਲੀ ਦਾ ਬ੍ਰੇਕ ਸਿਸਟਮ ਗੱਡੀ ਨਾਲ ਵੀ ਹੈਗਾ, ਅਤੇ ਇਹਨੂੰ ਹੈਂਡ ਬ੍ਰੇਕ ਵੀ ਲੱਗੀ ਹੋਈ ਹੈ ਟਰਾਲੀ ਨੂੰ। ਅਤੇ ਟਰਾਲੀ ਦਾ ਜੋ ਬ੍ਰੇਕ ਸਿਸਟਮ ਆ, ਤੁਸੀਂ ਜਦੋਂ ਡਰਾਈਵ ਕਰਦੇ ਹੋ ਤਾਂ ਜੋ ਆਹ ਚੀਜ਼ ਪਿੰਨ ਲੱਗੀ ਆ ਸਿਲੰਡਰ ਦੀ, ਇਹਨੂੰ ਤੁਸੀਂ ਕੱਢ ਸਕਦੇ ਹੋ, ਤਾਂ ਜਿੱਦਾਂ ਇਹਨੂੰ ਝਟਕਾ ਪੈਣਾ ਤਾਂ ਇਹ ਬ੍ਰੇਕ ਲੱਗ ਜਾਣੀ ਟਰਾਲੀ ਦੀ ਨਾਲ।
ਜੇ ਤੁਸੀਂ ਇਹ ਪਾ ਦਿੰਦੇ ਹੋ ਫਿਰ ਉਹ ਰੁਕ ਜਾਂਦਾ। ਠੀਕ ਹੈ ਜੀ, ਇਹ ਟਰਾਲੀ ਆ, ਬਾਕੀ ਅੰਦਰ ਤੋਂ ਤੁਸੀਂ ਸਾਰਾ ਦੇਖ ਸਕਦੇ ਹੋ। ਠੀਕ ਹੈ ਜੀ, 14 ਗੇਜ ਸ਼ੀਟ ਦੇ ਨਾਲ ਸਾਰਾ ਕੰਮ ਹੋਇਆ ਵਾ ਟਰਾਲੀ ਦਾ। ਅਤੇ ਬਾਕੀ ਜੇ ਤੁਸੀਂ ਟਰਾਲੀ ਇਕੱਲੀ ਰੈਡੀ ਕਰਵਾਉਣੀ ਆ ਤਾਂ 1,40,000 ਰੁਪਏ ਦੇ ਵਿੱਚ ਇਕੱਲੀ ਟਰਾਲੀ ਪੈਂਦੀ ਆ ਜੀਪ ਵਾਲੀ, ਬ੍ਰੇਕ ਸਿਸਟਮ ਦੇ ਨਾਲ, ਨਵੇਂ ਰੈਮ ਟਾਇਰਾਂ ਦੇ ਨਾਲ। ਫਿਨਿਸ਼ਿੰਗ ਕੁਆਲਿਟੀ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਟਰਾਲੀ ਦੀ ਵੀ, ਟੋਟਲੀ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੋਇਆ। ਅਤੇ ਬਾਕੀ ਤੁਸੀਂ ਵੀ ਦੱਸਿਓ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦਾ ਲੱਗਿਆ ਇਹ ਮਾਡਲ, ਇਹ ਸਾਰਾ ਤੁਸੀਂ ਦੇਖ ਸਕਦੇ ਹੋ। ਬਾਕੀ ਤੁਹਾਨੂੰ ਆਪਾਂ ਇਹਦਾ ਟ੍ਰਾਇਲ ਵਰਕ ਵੀ ਦਿਖਾ ਦਾਂਗੇ। ਠੀਕ ਹੈ, ਅਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਮਾਡਲ। ਉਮੀਦ ਕਰਦਾ ਤੁਹਾਨੂੰ ਇਹ ਵੀ ਮਾਡਲ ਬਹੁਤ ਜ਼ਿਆਦਾ ਪਸੰਦ ਆਊਗਾ। ਅਤੇ ਕਾਫੀ ਟਾਈਮ ਬਾਅਦ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ, ਕਾਫੀ ਮਿਹਨਤ ਨਾਲ ਬਣਦੀ ਹੈ ਵੀਡੀਓ। ਲਾਈਕ ਕਰਦੇ ਕਰੋ, ਸ਼ੇਅਰ ਕਰਦੇ ਕਰੋ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਾਰ ਮੋਟਰ ਮੋਗਾ। ਜ਼ਿਆਦਾ ਰੀਲਸ ਵਗੈਰਾ ਫੋਟੋ ਵਗੈਰਾ ਦੇਖਣ ਦੇ ਲਈ ਤੁਸੀਂ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਆਪਾਂ ਨੂੰ ਫੋਲੋ ਕਰ ਸਕਦੇ ਹੋ। ਲਓ ਜੀ, ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਪਣੀ ਜੀਪ ਦਾ ਟ੍ਰਾਇਲ ਵਰਕ। ਦੇਖ ਸਕਦੇ ਹੋ ਤੁਸੀਂ ਮਹਿੰਦਰਾ DA ਟਰਬੋ ਇੰਜਨ ਦੇ ਨਾਲ ਲਓ ਜੀ, ਇਹ ਸੀਗਾ ਆਪਣੀ ਜੀਪ ਦਾ ਟ੍ਰਾਇਲ ਵਰਕ। ਅਤੇ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਆਪਣਾ ਕੰਮ ਕਿੱਦਾਂ ਲੱਗਿਆ। ਅਤੇ ਬਾਕੀ ਇਹ ਰਹੀ ਆ ਟਰਾਲੀ, ਠੀਕ ਹੈ ਜੀ, ਤੁਹਾਨੂੰ ਸਾਰਾ ਦੱਸਤਾ ਆਪਾਂ ਟਰਾਲੀ ਦਾ, ਪਲੱਗ ਸਿਸਟਮ ਵਗੈਰਾ ਕਿੱਦਾਂ ਇਹ ਫਿਟਿੰਗ ਹੁੰਦੀ ਆ। ਅਤੇ ਬਾਕੀ ਕਿੱਦਾਂ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਬਾਕੀ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਲਿਓ। ਅਤੇ ਆਪਾਂ ਨੂੰ ਇੰਸਟਾਗ੍ਰਾਮ ਦੇ ਉੱਪਰ ਤੁਸੀਂ ਫੋਲੋ ਕਰ ਲਓ, ਜ਼ਿਆਦਾ ਫੋਟੋਜ਼ ਵਗੈਰਾ ਦੇਖਣ ਲਈ ਤੁਸੀਂ ਫੇਸਬੁੱਕ ਅਕਾਊਂਟ 'ਤੇ ਵੀ ਆਪਾਂ ਨੂੰ ਫੋਲੋ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਮਿਲਦੇ ਹਾਂ ਨਵੀਂ ਨਵੀਂ ਵੀਡੀਓ ਦੇ ਨਾਲ। ਥੈਂਕ ਯੂ ਗਾਈਸ, ਬਾਏ ਬਾਏ। ਬਹੁਤ ਜ਼ਿਆਦਾ ਤੁਸੀਂ ਸਪੋਰਟ ਕੀਤੀ, ਪਹਿਲਾਂ ਵੀ ਤੁਸੀਂ ਇਸੇ ਤਰ੍ਹਾਂ ਦੱਬ ਕੇ ਸ਼ੇਅਰ ਕਰਿਓ, ਸਪੋਰਟ ਕਰਿਓ। ਅਤੇ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਦੇ ਨਾਲ। ਥੈਂਕ ਯੂ, ਬਾਏ ਬਾਏ।